ਜਗਰਾਓਂ ਰਾਏਕੋਟ ਬਰਨਾਲਾ ਰੋਡ ਤੋਂ ਗੁਜ਼ਰਨ ਵਾਲੇ ਲੋਕ ਅਕਸਰ ਹੀ ਪੰਜਾਬ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆਉਂਦੇ ਹਨ। ਦਰਅਸਲ ਇਸ ਰੋਡ ਦੀ ਹਾਲਤ ਬਹੁਤ ਬੁਰੀ ਹੈ। ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਅਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਚਲਦੇ ਹੀ ਅਲੱਗ ਅਲੱਗ ਪਿੰਡਾਂ ਦੇ ਸਰਪੰਚਾਂ ਦੁਆਰਾ ਪੰਜਾਬ ਸਰਕਾਰ ਅਤੇ ਮੰਤਰੀਆਂ ਨੂੰ ਇਸ ਰੋਡ ਨੂੰ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਸੜਕ ਬਾਰੇ ਅਸੀਂ ਕਾਫੀ ਕਿਹਾ ਜੀ, ਵੀ ਬਹੁਤ ਬੁਰਾ ਹਾਲ ਹੈ। ਜਦੋਂ ਹੁਣ ਇੱਥੇ ਜਾਂਦੇ ਹਾਂ ਜਗਰਾਓਂ ਨੂੰ 10-15 ਮਿੰਟ ਦਾ ਰਸਤਾ ਅੱਧਾ ਘੰਟਾ ਲੱਗ ਜਾਂਦਾ, ਪਰ ਅਸੀਂ ਦਾਖਾ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਅਤੇ ਉਹ ਕਹਿੰਦੇ ਵੀ ਤੁਹਾਡੇ ਚਰਚ ਹੀ ਇਹ ਬਣ ਜੂਗੀ, ਪਰ ਅਸੀਂ ਹੁਣ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ। ਲੋਕਾਂ ਦਾ ਬਹੁਤ ਬੁਰਾ ਹਾਲ ਆ ਗਰਮੀ ਦੇ ਵਿੱਚ, ਤੁਸੀਂ ਲੰਘ ਕੇ ਦੇਖੋ ਕੀ ਹਾਲ ਆ, ਵੀ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ। ਅਤੇ ਮੇਰੀ ਗੱਲ ਵੀ ਹੋਈ ਦਾਖਾ ਸਾਹਿਬ ਨਾਲ, ਭਰੋਸਾ ਦਿੰਦੇ ਵੀ ਤੁਹਾਡੇ 10-15 ਦਿਨਾਂ ਦੇ ਵਿੱਚ ਕਹਿੰਦੇ ਕੰਮ ਚਾਲੂ ਹੋ ਜੂਗਾ। ਅਤੇ ਸਾਨੂੰ ਆਸ਼ਾ ਪਿਛਲੇ ਲੰਬੇ ਸਮੇਂ ਤੋਂ ਮਿਲਦਾ ਆ ਰਿਹਾ ਹੈ, ਕੋਈ ਸਖਤੀ ਨਾਲ ਹੀ ਤੁਹਾਡੇ ਪਿੰਡ ਪੰਚਾਇਤ ਵੱਲੋਂ ਕਿਹਾ ਜਾਂਦਾ ਵੀ ਇਹਨੂੰ ਕਰੋ ਜੀ ਕੰਮ ਨੂੰ, ਕਈ ਸਾਲ ਇਹ ਸੜਕ ਹੁਣ ਨੀ ਟੁੱਟੀ, ਇਹਨੂੰ 3-4 ਸਾਲ ਹੋ ਗਏ ਸੜਕ ਟੁੱਟੀ ਨੂੰ। ਅੱਜ ਬਣਦੀ ਆ, ਅਗਲੇ ਸਾਲ ਬਣੂਗੀ। ਜਦ ਵੀ ਸਾਡੇ ਵੀਰ ਸਾਡੇ ਰਿਸ਼ਤੇਦਾਰ ਭੈਣ ਭਾਈ ਮਿਲਣ ਆਉਂਦੇ ਆ, ਸੜਕ ਦੀ ਬਹੁਤ ਬੁਰੀ ਹਾਲਤ ਆ। ਵਿੰਜਲ ਤੋਂ ਰਾਏਕੋਟ ਤੱਕ ਜਿਨ੍ਹਾਂ ਨੇ ਕੋਈ ਜਾਣ ਪਛਾਣ ਸੀ, ਚਾਹੇ ਉਹਨਾਂ ਦੇ MLA MPਆਂ ਨੇ, ਉਹ ਬਣਾਤੀ। ਅਸੀਂ ਉਦੋਂ ਬਾਅਦ ਵੀ ਬੇਨਤੀਆਂ ਕੀਤੀਆਂ, ਪਿੰਡ ਵਾਲਿਆਂ ਕੋਲ ਵੀ ਕੀਤੀਆਂ, ਵੀ ਸੜਕ ਬਣਨੀ ਚਾਹੀਦੀ। ਸੜਕ ਵੀ ਬਹੁਤ ਜ਼ਿਆਦਾ ਟੁੱਟੀ ਆ, ਕੋਈ ਥੋੜ੍ਹੀ ਟੁੱਟੀ ਨਹੀਂ ਗੀ। ਜਗਰਾਓਂ ਤੱਕ ਜਾਣਾ ਹੋਵੇ ਸੜਕ ਦਾ, ਇੱਕ ਪਾਸੇ ਗੱਡੀ ਦਾ ਬੁਰਾ ਹਾਲ ਹੋ ਜਾਂਦਾ, ਆਪਦਾ ਬੈਠਣ ਦਾ ਬੁਰਾ ਹਾਲ ਹੋ ਜਾਂਦਾ। ਬਹੁਤ ਸੜਕ ਦੀ ਹਾਲਤ ਖਰਾਬ ਆ। ਹੁਣ ਵੀ ਪੰਚਾਇਤ ਸਾਹਿਬ ਨਾਲ 2-4 ਗੱਲਾਂ ਸਰਪੰਚ ਨਾਲ ਕੀਤੀਆਂ ਸੀ, ਇਹ ਕਹਿੰਦੇ ਚੋਣ ਜ਼ਾਬਤਾ ਲੱਗਿਆ, ਚੋਣ ਜ਼ਾਬਤੇ ਤੋਂ ਬਾਅਦ ਬਣ ਜੂ। ਹੁਣ ਸਾਨੂੰ ਸਰਪੰਚ ਸਾਹਿਬ ਨੇ ਭਰੋਸਾ ਦਿੱਤਾ ਗਾ ਵੀ ਛੇਤੀ ਤੋਂ ਛੇਤੀ ਇਹ ਸੜਕ ਬਣੀ ਬਣੂਗੀ। ਹੁਣ ਇਸੇ ਸੜਕ ਦੀ ਸਭ ਤੋਂ ਪਹਿਲਾਂ ਵਾਰੀ ਆ। ਇਹ ਕਹਿੰਦੇ ਆ 14 ਕਰੋੜ ਰੁਪਇਆ ਮਨਜ਼ੂਰ ਹੋਇਆ ਹੋਇਆ, ਵੀ 1-2 ਹਫ਼ਤੇ ਵਿੱਚ ਇਸ 'ਤੇ ਕੰਮ ਚੱਲ ਪਊਗਾ। ਸਾਡੀ ਲੋਕ ਔਖੇ ਨੇ, ਬਹੁਤ ਨਰਕ ਭਰੀ ਜ਼ਿੰਦਗੀ ਆ ਜਿਹੜੀ, ਇਹ ਸੜਕ 'ਤੇ ਲੰਘੀ ਆ, ਨਰਕ ਭਰੀ ਆ। ਗੌਰਮੈਂਟ ਨੂੰ ਬੇਨਤੀ ਹੈ ਸਾਨੂੰ ਨਰਕ ਤੋਂ ਨਜਾਤ ਦਵਾਈ ਜਾਵੇ ਜਲਦੀ ਤੋਂ ਜਲਦੀ। ਦਾਖਾ ਸਾਹਿਬ ਨੂੰ, ਹਲਕਾ ਇੰਚਾਰਜ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਛੇਤੀ ਤੋਂ ਛੇਤੀ ਸਟਾਰਟ ਕੀਤਾ ਜਾਵੇ। ਬਹੁਤ ਟੋਏ ਟੋਏ ਸਰ, ਗਿਣਤੀ ਨਹੀਂ ਹੈ ਟੋਏ ਤੱਕ, ਟੋਇਆਂ ਦੀ ਗਿਣਤੀ ਨਹੀਂ ਹੈ, ਹਜ਼ਾਰਾਂ ਹੀ ਟੋਏ ਆ, ਹਜ਼ਾਰਾਂ ਹੀ ਟੋਏ ਆ। ਸੜਕ ਹੈ ਨਹੀਂ, ਟੋਏ ਹੀ ਟੋਏ ਆ। ਬਹੁਤ ਗੱਡੀਆਂ ਦਾ ਨੁਕਸਾਨ, ਹਾਦਸੇ ਵੀ ਹੋ ਗਏ ਜੀ, 1-2 ਵਾਰੀ ਹਾਦਸੇ ਵੀ ਗਈ।